ਗੁਰਪ੍ਰੀਤ ਤੁਹਾਡੇ ਨਾਲ ਤਾਂ ਸੈਟਰਡੇ ਰਾਉਂਡ ਟੇਬਲ ਸੈਗਮੈਂਟ ਤੇ ਗੱਲਾਂ ਬਾਤਾਂ ਕਰਦੇ ਆ ਜੀ ਤਾਂ ਸ਼ੁਰੂ ਕਰਦੇ ਆ ਹਾਂਜੀ ਜੈਕ ਆਈਕਲ ਦੀ ਜਿਹੜੀ ਕਹਾਣੀ ਚੱਲੀ ਜਾਂਦੀ ਹੈ ਗੁਰਪ੍ਰੀਤ ਲੱਗਦਾ ਸ਼ਾਇਦ ਇੱਥੇ ਆਉਣ ਵਾਲੇ ਸਮੇਂ 'ਚ ਕੋਈ ਪੱਕਾ ਕੰਕਲੂਜਨ ਆ ਸਕਦਾ ਬਈ ਸ਼ਾਇਦ ਸ਼ਾਇਦ ਹੋ ਸਕਦਾ ਤੇ ਹਾਂ ਜੈਕ ਆਈਕਲ ਖੇਡ ਨਹੀਂ ਰਿਹਾ ਤੇ ਹੁਣ ਇਹ ਪ੍ਰੈਸ਼ਰ ਪੈ ਰਿਹਾ ਬਫਲੋ ਤੇ ਤਾਂ ਹੀ ਹੋਰ ਗੱਲਾਂ ਬਾਤਾਂ ਚੱਲ ਰਹੀਆਂ ਕਿਉਂਕਿ ਜੈਕ ਆਈਕਲ ਤੇ ਉਹਦੀ ਟੀਮ ਜਿਹੜੀ ਆ ਉਹਦਾ ਕੈਂਪ ਸ਼ਾਇਦ ਕੋਈ ਸ਼ਿਕਾਇਤ ਉਹ ਲਾਉਣ ਆਉਣ ਵਾਲੇ 1-2 ਹਫ਼ਤਿਆਂ 'ਚ ਉਹਨਾਂ ਨੂੰ ਪਤਾ ਨਹੀਂ ਹੁਣ ਕੀ ਕਰੀਏ ਕਿਉਂਕਿ ਜੈਕ ਆਈਕਲ ਦੇ ਸੱਟ ਲੱਗੀ ਆ ਜੇ ਉਹ ਨਹੀਂ ਠੀਕ ਹੁੰਦਾ ਸਿਹਤ ਨਹੀਂ ਠੀਕ ਹੁੰਦੀ ਉਹ ਖੇਡ ਨਹੀਂ ਸਕਦਾ ਉਹ ਚਾਹੁੰਦੇ ਆ ਕਿ ਸਾਡਾ ਕਲਾਇੰਟ ਖੇਡੇ ਕਿਸੇ ਵੀ ਟੀਮ ਦੇ ਨਾਲ ਸੋ ਦੋਨੇ ਪਾਸੇ ਬਫਲੋ ਅਤੇ ਹੋਰ ਵੀ ਟੀਮਾਂ ਚਾਹੁੰਦੀਆਂ ਆ ਕਿ ਇਹ ਟ੍ਰੇਡ ਗਰੀਵੈਂਸ ਸ਼ਿਕਾਇਤ ਤੋਂ ਪਹਿਲਾਂ ਹੋ ਜਾਵੇ ਤਾਂ ਕਿ ਉਹ ਗੱਲ ਸ਼ੁਰੂ ਵੀ ਨਾ ਹੋਵੇ ਸੋ ਇਹ ਹੁਣ ਇਹ ਸੋਚਣਾ ਪੈਣਾ ਰਣਦੀਪ ਜਿਹੜੀ ਵੀ ਟੀਮ ਨੇ ਇਹਦੇ ਲਈ ਟ੍ਰੇਡ ਕੀਤਾ 3-4 ਮਹੀਨਿਆਂ ਲਈ ਜੈਕ ਆਈਕਲ ਨੇ ਖੇਡਣਾ ਨਹੀਂ ਸੋ ਉਹਦੇ ਬਾਰੇ ਵੀ ਸੋਚਣਾ ਪੈਣਾ ਕਾਫੀ ਚਲੋ ਲੋਕੇਸ਼ਨ ਬਾਰੇ ਗੱਲ ਕਰਦੇ ਹਾਂ ਤਕਦੀਰ ਕੀਮਤ ਅਤੇ ਲੋਕੇਸ਼ਨ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਪਤਾ ਹੈ ਜੇ ਅਸੀਂ ਰੀਅਲ ਸਟੇਟ ਦੀ ਗੱਲ ਕਰੀਏ ਪਰ ਗੱਲ ਇਹ ਆ ਕਿ ਕਿੱਥੇ ਜਾ ਸਕਦਾ ਜੈਕ ਆਈਕਲ ਤਾਂ ਪ੍ਰਾਈਸ ਕੀ ਹੈ ਬਈ ਪ੍ਰਾਈਸ ਬਹੁਤ ਮਹਿੰਗੀ ਹੋ ਗਈ ਹੈ ਕਿਉਂਕਿ ਜੈਕ ਆਈਕਲ ਸਿਤਾਰਾ ਖਿਡਾਰੀ ਹੈਗਾ ਬਫਲੋ ਵੀ ਉਹਨੂੰ ਐਵੇਂ ਨਹੀਂ ਛੱਡਣਾ ਚਾਹੁੰਦੇ ਕਿ ਕੁਝ ਵਾਪਸ ਨਾ ਮਿਲੇ ਤੇ ਜੇ ਆਪਾਂ ਵੈਗਸ ਵੱਲ ਦੇਖਦੇ ਆ ਉਹ ਚਾਹੁੰਦੇ ਇਸ ਤਰ੍ਹਾਂ ਦਾ ਗੋਲ ਸਕੋਰਿੰਗ ਖਿਡਾਰੀ ਕਿਉਂਕਿ ਸਾਨੂੰ ਪਤਾ ਫੈਚਰੇਡੀ ਨਾਲ ਵੀ ਥੋੜੀ ਸਮੱਸਿਆ ਆ ਚੁੱਕੀ ਆ ਪਹਿਲਾਂ ਤੇ ਉਹਨਾਂ ਗੋਲ ਸਕੋਰਿੰਗ ਦੀ ਜਿਹੜੀ ਘਾਟ ਹੈਗੀ ਆ ਉਹ ਪੂਰੀ ਕਰਨਾ ਚਾਹੁੰਦੇ ਆ ਪਰ ਚਾਹੁੰਦੇ ਕੀ ਆ ਵਾਪਸ ਬਫਲੋ ਸੇਬਰਸ ਕਹਿੰਦੇ ਸ਼ੇਈ ਥੀਏਡੋਰ ਜੋ ਕਿ ਇਹਨਾਂ ਦਾ ਸਭ ਤੋਂ ਤਕੜਾ ਡਿਫੈਂਸਮੈਨ ਹੈਗਾ ਨਾਈਨ ਪੇਟਨ ਕ੍ਰੈਬਸ ਜੋ ਕਿ ਨੌਜਵਾਨ ਖਿਡਾਰੀ ਉਹਦੀ ਵੀ ਕਾਫੀ ਕੀਮਤ ਹੈਗੀ ਆ ਸੈਂਟਰਮੈਨ ਹੈਗਾ ਪਰ ਉਹ ਨਹੀਂ ਤਿਆਰ ਹੈਗੇ ਬਾਕੀ ਟੀਮਾਂ ਦੀ ਚਰਚਾ ਤੁਸੀਂ ਦੇਖ ਲਓ ਕੈਲਗਰੀ ਵੀ ਅਜੇ ਇੱਕ ਟੀਮ ਹੈਗੀ ਆ ਜਿਹੜੀ ਇੰਟਰਸਟ ਵਿੱਚ ਹੈਗੀ ਆ ਤੇ ਨਾਲ ਨਾਲ ਬੋਸਟਨ ਬਰੂਨਸ ਦਾ ਵੀ ਨਾਲ ਸ਼ਾਮਲ ਹੁੰਦਾ ਤੇ ਕੋਲੋਰ ਐਵਲਾਂਚ ਵੀ ਥੋੜੀ ਚਰਚਾ ਹੋਈ ਸੀਗੀ ਉਹ ਕਾਫੀ ਫਿਕਰਮੰਦ ਗੱਲ ਹੋ ਗਈ ਬਾਕੀ ਲੀਗ ਵਾਸਤੇ ਇੱਕ ਟੀਮ ਦੇਖਣ ਵਾਲੀ ਆ ਐਨਾਹਾਈਮ ਡਕਸ ਜਿਹੜੇ ਇਹਨਾਂ ਕੋਲ ਨੌਜਵਾਨ ਸਿਤਾਰੇ ਹੈਗੇ ਆ ਇਹ ਵੀ ਹਾਲੇ ਪਹਿਲੇ ਲਾਈਨ ਦੀ ਸੈਂਟਰ ਦੇ ਇਹ ਲੱਭ ਰਹੇ ਆ ਸ਼ਾਇਦ ਜੈਕ ਆਈਕਲ ਉੱਥੇ ਵੀ ਫਿੱਟ ਹੋ ਸਕਦਾ ਚਲੋ ਸਿਤਾਰਿਆਂ ਬਾਰੇ ਗੱਲ ਕਰਦੇ ਹਾਂ ਜੀ ਤਾਂ ਆ ਗਿਆ ਜੀ ਆ ਗਿਆ ਮੁੜ ਕੇ ਸਿਡਨੀ ਕ੍ਰਾਸਬੀ ਹਾਂਜੀ ਰਣਦੀਪ ਆ ਗਿਆ ਸਪਤੰਬਰ 'ਚ ਇਹਦੀ ਸਰਜਰੀ ਹੋਈ ਸੀ ਗੁੱਟ 'ਤੇ ਪਰ ਅੱਜ ਵਾਪਸ ਆ ਗਿਆ ਸਿਡਨੀ ਕ੍ਰਾਸਬੀ ਨਿਊ ਜਰਸੀ ਡੈਵਲਸ ਦੇ ਵਿਰੁੱਧ ਗੇਮ ਹੋ ਰਹੀ ਆ PPG ਫੇਂਸ ਅਰੀਨਾ ਵੇਖੇ ਅਤੇ ਬਹੁਤ ਵੱਡਾ ਬੂਸਟ ਇਹ ਮਿਲਣਾ ਹੁਣ ਫਿਟਸਬਰਗ ਪੈਂਗਨਸ ਨੂੰ ਭਾਵੇਂ ਕਿ ਇਹ ਟੀਮ ਵਧੀਆ ਖੇਡ ਰਹੀ ਸੀ ਪਹਿਲੀਆਂ 5 ਗੇਮਾਂ 'ਚ ਕੋਈ ਵੀ ਰੈਗੂਲੇਸ਼ਨ ਵਿੱਚ ਹਾਰ ਨਹੀਂ ਇਹਨਾਂ ਨੇ ਮੰਨੀ ਪਰ ਪਿਛਲੀਆਂ 2 ਗੇਮਾਂ 'ਚ ਬੜੀ ਮਾੜੀਆਂ 2 ਹਾਰਾਂ ਖਾਧੀਆਂ 9-1 ਦੇ ਟੋਟਲ ਸਕੋਰ 'ਤੇ ਹਾਰੇ ਇਹ ਟੈਂਪਾ ਬੇ ਲਾਈਨਿੰਗ ਅਤੇ ਕੈਲਗਰੀ ਫਲੇਮਸ ਦੇ ਵਿਰੁੱਧ ਸੋ ਐਨ ਸਹੀ ਸਮੇਂ 'ਤੇ ਵਾਪਸ ਆਇਆ ਸਿਡਨੀ ਕ੍ਰਾਸਬੀ ਬਚ ਕੇ ਰਹਿਣਾ ਪੈਣਾ ਮੈਟਰੋਪੋਲੀਟਨ ਡਿਵੀਜ਼ਨ ਨੂੰ ਜਿੱਦਾਂ ਤੁਸੀਂ ਕਿਹਾ ਠੀਕ ਗੇਮ ਟੀਮ ਖੇਡ ਰਹੀ ਸੀ ਪਰ ਮਾਈਕ ਸਲਵਨ ਨੂੰ ਵੀ ਸਿਫਤ ਦੇਣੀ ਪੈਣੀ ਆ ਕਿ ਕਦੀ ਇਹ ਜੈਕ ਐਡਮਸ ਅਵਾਰਡ ਜਿੱਤਿਆ ਨਹੀਂ ਹੈਗਾ ਪਰ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਜਿਹੜਾ ਇਹਨੇ ਅਰਲੀ ਸੀਜ਼ਨ ਦੇ ਵਿੱਚ ਕੰਮ ਕੀਤਾ ਥੋੜ੍ਹੇ ਜਿਹੇ ਇਹਨੂੰ ਕੰਸਿਡਰੇਸ਼ਨ ਤਾਂ ਮਿਲਣੀ ਚਾਹੀਦੀ ਇਹਦੇ ਬਾਰੇ ਸੋਚਣਾ ਚਾਹੀਦਾ ਤਾਂ ਦੇਖਦੇ ਰਹਿਣਾ ਜੀ ਦੂਜਾ